ਹਾਏ ਮੇਰੀ ਤੇ ਭੈਣ ਦੱਗਾਂ ਚ ਮਰ ਚੱਲੀਏ। ਬੜੇ ਚਾਵਾਂ ਨਾਲ ਘੱਲਿਆ ਸੀ, ਕਰਜ਼ਾ ਚੁੱਕ ਕੇ ਘੱਲਿਆ, ਅਜੇ ਤੇ ਰਾਹ ਨੀ ਮਹਿਲਾ ਹੋਇਆ ਉਹਦਾ, ਉਹਦੇ ਪੈਸੇ ਵੀ ਨਹੀਂ ਲੱਥੇ, ਅਜੇ ਸਟੋਰ ਤੋਂ ਬਾਹਰ ਨਿਕਲਿਆ ਰੋਂਗ ਸਾਈਡ ਆ ਕੇ, ਮੇਰੇ ਬੱਚੇ ਨੂੰ ਸਾਈਕਲ ਚ ਮਾਰੀ ਗੱਡੀ, ਹਾਦਸਾ ਹੋ ਗਿਆ। ਮੇਰੇ ਪੁੱਤਰ ਨੂੰ ਭੇਜੋ ਬਰਿੰਦਰ ਨੂੰ। ਕਦੋਂ ਗਿਆ ਸੀ ਅਮਰੀਕਾ ਦੇ ਵਿੱਚ? ਹਾਏ ਮੇਰੀ ਤੇ ਭੈਣ ਦੱਗਾਂ ਚ ਮਰ ਚੱਲੀਏ। ਹਾਏ ਮੇਰੀ ਭੈਣ ਸਾਹਿਬ ਜਾਣੀ। ਬਰਿੰਦਰ ਕਿਹੜੇ ਸ਼ਹਿਰ ਰਹਿੰਦਾ ਸੀ? ਬਰਿੰਦਰ ਕਿਹੜੇ ਸਨ, ਕਦੋਂ ਗਿਆ ਸੀ ਵਿਦੇਸ਼ ਦੀ ਧਰਤੀ ਉੱਤੇ? 20 ਮਾਰਚ ਨੂੰ ਗਿਆ ਸੀ। ਬੜੇ ਚਾਵਾਂ ਨਾਲ ਘੱਲਿਆ ਸੀ, ਕਰਜ਼ਾ ਚੁੱਕ ਕੇ ਘੱਲਿਆ, ਅਜੇ ਤੇ ਰਾਹ ਨੀ ਮਹਿਲਾ ਹੋਇਆ ਉਹਦਾ, ਉਹਦੇ ਪੈਸੇ ਵੀ ਨੀ ਲੱਥੇ, ਅਜੇ ਸਟੋਰ ਤੋਂ ਬਾਹਰ ਨਿਕਲਿਆ ਰੋਂਗ ਸਾਈਡ ਆ ਕੇ, ਮੇਰੇ ਬੱਚੇ ਨੂੰ ਸਾਈਕਲ ਚ ਮਾਰੀ ਗੱਡੀ, ਹਾਦਸਾ ਹੋ ਗਿਆ। ਕਿਸੇ ਨੇ ਫੋਨ ਲਾਇਆ ਸੀ, ਕਹਿੰਦੇ ਤੁਹਾਡਾ ਬੇਟਾ ਏਦਾਂ ਏਦਾਂ ਹੋ ਗਿਆ, ਮਾਲਕ ਉਹਦੇ ਨੂੰ। ਬਰਿੰਦਰ ਨਾਲ ਤੁਹਾਡੀ ਆਖਰੀ ਵਾਰ ਕਿਦੋਂ ਗੱਲ ਹੋਈ? ਇੱਕ ਦਿਨ ਪਹਿਲਾਂ ਆਈ ਸੀ ਰਾਤ ਨੂੰ ਕੰਮ ਤੋਂ ਆ ਕੇ। ਕੀ ਕਹਿੰਦਾ ਸੀ? ਕਹਿੰਦਾ ਮੰਮੀ ਮੈਂ ਕੰਮ ਤੋਂ ਆ ਗਿਆ ਵਾਂ, ਮੈਂ ਰੋਟੀ ਖਾ ਲਈ, ਹੁਣ ਮੈਂ ਸੌਣ ਲੱਗਾ। ਬਰਿੰਦਰ ਦੇ ਪਿਤਾ ਜੀ ਕੀ? ਬਰਿੰਦਰ ਦੇ ਪਿਤਾ ਦੀ ਡੈਥ ਹੋ ਗਈ। ਭਾਰਤੀ ਸਰਕਾਰ ਨੂੰ ਮੈਂ ਇਹ ਕਹਾਂਗੀ ਕਿ ਮੇਰੇ ਪੁੱਤਰ ਦੀ ਲਾਸ਼ ਇੰਡੀਆ ਲਿਆਂਦੀ ਜਾਵੇ, ਮੈਂ ਸਸਕਾਰ ਕਰਾਂ ਪ੍ਰਵਤੀ, ਮੈਂ ਆਪਣੇ ਹੱਥੀਆਂ ਦਾ ਸਸਕਾਰ ਕਰਾਂ, ਆਪਣੇ ਪੁੱਤਰ ਨੇ ਜਾਂਦੀ ਮੇਰੀ ਵੇਖ, ਆਪਣੇ ਪੁੱਤਰ ਨੇ ਜਾਂਦੀ ਮੇਰੀ ਨਾ ਵੇਖ ਸਕਾ। ਕਿਦੋਂ ਗਿਆ ਸੀ ਵਰਿੰਦਰ ਉੱਥੇ ਅਮਰੀਕਾ ਦੇ ਵਿੱਚ?
ਵਰਿੰਦਰ ਨੂੰ 10 ਕੁ ਮਹੀਨੇ ਹੋਏ ਆ ਜੀ ਗਏ ਨੂੰ। ਇੱਕ ਗੈਸ ਸਟੇਸ਼ਨ 'ਤੇ ਕੰਮ ਕਰਦਾ ਸੀ, ਆਪਣੀ ਡਿਊਟੀ ਖਤਮ ਕਰਨ ਤੋਂ ਬਾਅਦ ਆਪਣੇ ਕੰਮ ਤੋਂ ਘਰ ਵਾਪਸ ਆ ਰਿਹਾ ਸੀ ਅਤੇ ਰੋਂਗ ਸਾਈਡ ਤੋਂ ਗੱਡੀ ਆਈ ਜਿਹੜੀ ਇਹਨੂੰ ਆ ਕੇ ਟੱਕਰ ਮਾਰੀ, ਉਹਦੇ ਨਾਲ ਹੀ ਹਾਦਸੇ 'ਚ ਇਹਦੀ ਮੌਤ ਹੋ ਗਈ। ਬਹੁਤ ਦੁੱਖ ਦੀ ਗੱਲ ਹੈ, ਪਰਿਵਾਰ ਪਹਿਲੇ ਹੀ ਦੁੱਖਾਂ ਦਾ ਮਾਰਿਆ, ਅਤੇ ਉਹ ਮੁੰਡੇ ਦਾ ਡੈਡੀ ਵੀ ਹੈ, ਤਾਂ ਬਹੁਤ ਗਰੀਬ ਘਰ ਤੋਂ ਅਸੀਂ ਵਿਚਾਰਾ ਕਰਜ਼ਾ ਕੁਰਜ਼ਾ ਚੁੱਕ ਵੀ ਗਏ ਸੀ। ਅਸੀਂ ਤਾਂ ਪ੍ਰਸ਼ਾਸਨ ਨੂੰ ਇਹ ਹੀ ਮੰਗ ਕਰਾਂਗੇ ਕਿ ਇਹਨਾਂ ਦੀ ਮ੍ਰਿਤਕ ਦੇਹ ਨੂੰ ਇੰਡੀਆ ਦੇ ਵਿੱਚ ਲਿਆਂਦਾ ਜਾਵੇ ਤਾਂ ਜੋ ਇਹਨਾਂ ਦਾ ਮਾਤਾ ਵੇਖ ਸਕੇ, ਆਪਣੇ ਹੱਥਾਂ ਦੇ ਨਾਲ ਪਰਿਵਾਰ ਸੰਸਕਾਰ ਕਰ ਸਕੇ। ਪ੍ਰਸ਼ਾਸਨ ਅੱਗੇ ਇਹ ਹੀ ਬੇਨਤੀ ਹੈ ਸਾਡੀ।